पद बेल हरि मेल मेरे प्रीत मेल मेरे प्रीत 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 मेल मेरे प्रीत मेल मेरे प्रीत मेल मेरे मेल मेरे प्रीत सोहदाता
ਹਰ ਬੋਲੋ ਜੀ ਆਪੇ ਸੋਹਦਾਤਾ ਆਪ ਮਿਲਿਆ ਘਰ ਆਏ ਕਲਗੀਆਂ ਵਾਲੇ ਬਾਜਾਂ ਵੱਲ ਕਲਗੀਆਂ ਵਾਲੇ ਬਾਜਾਂ ਵੱਲ ਇਸ਼ਕ ਕੀ ਨਮਾਜ਼ ਕਾ ਯੇ ਪਹਿਲਾ ਸੂਲ ਹੈ ਯਾਰ ਹੋਵੇ ਸਾਹਮਣੇ ਤਾਂ ਸਜਦਾ ਕਬੂਲ ਹੈ ਡਟ ਕੇ ਕਹਿ ਦਿਓ ਸਾਡਾ ਪ੍ਰੀਤਮ ਕੌਣ ਹੈ ਉਹਨੂੰ ਸਾਹਮਣੇ ਰੱਖ ਕੇ ਕਲਗੀਆਂ ਵਾਲਾ ਬੱਜਾ ਕਲਗੀਆਂ ਮਿਲ ਮੇਰੇ ਮਿਲ ਮੇਰੇ ਮਿਲ ਮੇਰੇ ਪ੍ਰੀਤ ਮਾਜੀਓ ਦਿਨ ਖਰੀ ਦੀਵਾਨੀ ਨਿਮਾਣੀ ਮਿਲ ਦਿਨ ਦਿਨ ਖਰੀ ਨਿਮਾਣੀ ਖੁਦ ਬਿਨ ਖਰੀ ਨਿਮਾਣੀ ਖੁਦ ਬਿਨ ਖਰੀ ਨਿਮਾਣੀ ਵਾਹੇ ਗੁਰੂ
ਮਿਲ ਮੇਰੇ ਪ੍ਰੀਤਮਾ, ਮਿਲ ਮੇਰੇ ਮਿਲ ਮੇਰੇ ਪ੍ਰੀਤ ਦਿਨ ਖਰੀ ਖੁਦ ਦਿਨ ਖਰੀ ਮਿਲ 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 ਮੇਰੇ ਪ੍ਰੀਤਮਾ, ਮਿਲ ਮੇਰੇ ਪ੍ਰੀਤਮਾ, ਪ੍ਰੀਤਮਾ ਧਨ ਜਣੇ ਦੀ ਮਾਉ ਆਏ ਸਤਿ ਧਨ ਜਣੇ ਦੀ ਮਾਉ ਆਏ ਸਫਲ ਆਪ ਲੀਏ ਲੜ ਲਾਏ ਦਰ ਦਰ ਵੇ ਦਿਲੋਂ ਮੁਹੱਬਤ ਜਿਨ ਸੇ ਸੱਚਿਆ ਜਿਨ ਮਨ ਗੁਰਮੁਖ ਹੋਰ ਸਿਕੰਡੇ ਕੱਚਿਆ ਰਤੇ ਖੁਦਾਏ ਰੰਗ ਦੀ ਦਾਗੇ ਵਿਸਰਿਆ ਜਿਨ ਨਾਮ ਤੇ ਕੋਈ ਭਾਰਤੀਏ ਆਪ ਲੀਏ ਲੜ ਲਾਏ ਦਰਦ ਦੇਸੇ ਜਣਦੀ ਮਾਉ ਆਏ ਸਫਲੇ ਪਰਬਤ ਦਾਰੇ ਪਾਰੇ ਅਗਮ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੋ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੋ ਤੇਰੀ ਪਨੇ ਖੁਦਾਏ ਤੂੰ ਬਖਸ਼ਿੰਦਗੀ ਫਰੀਦ ਖੈਰ ਸੇ ਫਰੀਦ ਖੈਰ ਧਨ ਧਨ ਜਣੇ ਦੀ ਮਾਉ ਆਏ ਸਫਲ ਸੇ ਧਨ ਧਨ ਜਣੇ ਦੀ ਆਪ ਲੀਏ ਲੜ ਲਾਏ ਦਰ ਦਰ ਵੇਸੇ ਲੜ ਲਾਏ ਦਰ ਵੇਸੇ ਆਪ ਲੀਏ ਲੜ ਲਾਏ ਦਰ ਦਰ ਧੰਨ
ਵਾਹਿਗੁਰੂ ਭਿੱਜ ਕੇ ਆਖੋ ਸਤਨਾਮ ਤੁਹਾਡੀਆਂ ਅੱਖਾਂ ਦੇ ਉੱਤੇ ਮੱਥਾ ਮੱਥੇ ਦੇ ਉੱਤੇ ਸਿਰੇ ਸਿਰ ਦੇ ਆਸੇ ਪਾਸੇ ਵੱਟਾਂ ਇੰਨੀਆਂ ਉੱਚੀਆਂ ਕਰ ਲਿਓ ਕਥਾ ਕੀਰਤਨ ਦਾ ਇੱਕ ਕਿਨਕਾ ਵੀ ਬਾਹਰ ਨਾ ਡਿੱਗੇ ਇਹ ਗੁਰਗਪਾਲ ਸਿੰਘ ਨਹੀਂ ਕਹਿ ਰਿਹਾ ਵੀ ਉਹ ਕਹਿ ਰਿਹਾ ਖੇਤ ਮਿਆਲਾਂ ਉੱਚੀਆਂ ਆ ਖੇਤ ਹੈ ਇਹਦੀਆਂ ਵੱਟਾਂ ਉੱਚੀਆਂ ਕਰ ਲੈ ਅੱਜ ਜ਼ਿਆਦਾ ਖਿਆਲ ਰੱਖਣਾ ਪੈਣਾ ਕਿਉਂ ਵੰਡ ਕੇ ਬੈਠੇ ਬਾਰਿਸ਼ ਆ ਗਈ ਜਿੱਥੇ ਜਗ੍ਹਾ ਮਿਲੀ ਹੈ ਇੰਜ ਭਾਵਨਾ ਨਾਲ ਬਹਿਣਾ ਕਿ ਇੱਕ ਸਕਿੰਟ ਜਿੰਨਾ ਵੀ ਕੋਈ ਕਥਾ ਕੀਰਤਨ ਸਿਮਰਨ ਦਾ ਕਿਨਕਾ ਬਾਹਰ ਨਾ ਡਿੱਗੇ ਖੇਤ ਮਿਆਲਾਂ ਉੱਚੀਆਂ ਗੁਰਬਾਣੀ ਘਰ ਉੱਚਾ ਨਿਰਨੋ ਮਾਂ ਦੇ ਫਰਜ਼ ਪ੍ਰਕਰਨ ਚੱਲ ਰਿਹਾ ਹੈ ਸਤਾਰਵਾਂ ਭਾਗ ਪੰਜਵਾਂ ਫਰਜ਼ ਤੇ ਪੰਜਵਾਂ ਫਰਜ਼ ਸਾਂਝਾ ਹੋ ਰਿਹਾ ਮਾਂ ਬਾਪ ਬੱਚੇ ਪ੍ਰਤੀ ਫਰਜ਼ ਨਿਭਾਉਣ ਸਾਰੇ ਕਾਰਜ ਗੁਰਮਤ ਅਨੁਸਾਰ ਕਰਨ ਪਿਛਲੇ ਸਮੇਂ ਵਿੱਚ ਦੀਵਾਨਾਂ ਵਿੱਚ ਸੁਣਿਆ ਜਨਮ ਦਿਨ ਵੀ ਗੁਰਮਤ ਅਨੁਸਾਰ ਮਨਾਓ ਹਾਏ ਹਾਏ ਫਿਰ ਸੁਣਿਆ ਤੁਸੀਂ ਬੱਚੇ ਨੂੰ ਕੋਈ ਸਰੀਰਕ ਪ੍ਰੋਬਲਮ ਆ ਗਈ ਹੈ ਉਹਦੇ ਵਿੱਚ ਵੀ ਗੁਰਮਤ ਅਨੁਸਾਰ ਚੱਲਣ ਮਾਂ ਬਾਪ ਦੇ ਫਰਜ਼ ਪਿਛਲੇ ਦੀਵਾਨ ਚ ਤੁਸੀਂ ਫਿਰ ਸੀਤਲਾ ਬਾਰੇ ਸੋਚਿਆ ਸੁਣਿਆ ਜਿਹਨੂੰ ਆਪਾਂ ਕਹਿੰਦੇ ਹਾਂ ਮਾਤਾ ਨਿਕਲ ਆਈ ਸੀਤਲਾ ਨਿਕਲ ਆਈ ਫਲਾਣੀ ਜਗ੍ਹਾ ਲੈ ਜਾਓ ਮੱਥਾ ਟਿਕਾਓ ਹੈ ਬਿਮਾਰੀ ਇਹ ਪ੍ਰੋਬਲਮ ਹੈ ਧੰਨ ਗੁਰੂ ਅਰਜਨ ਦੇਵ ਤੋਂ ਬਲਿਹਾਰ ਜਾਈਏ ਬਲਿਹਾਰ ਜਾਈਏ ਜਿੰਨਾ ਫਿਰ ਸ਼ਬਦ ਉਚਾਰਿਆ ਸ
ਸੀਤਲਾ ਤੇ ਰੱਖਿਆ ਬਿਹਾਰੀ, ਬਿਹਾਰੀ ਉਹ ਪ੍ਰਭੂ ਨੇ ਆਪ ਛੇਵੇਂ ਪਾਤਸ਼ਾਹ ਬਾਲਕ ਨੂੰ ਸੀਤਲਾ ਤੋਂ ਰਾਖੀ ਕੀਤੀ। ਔਰ ਸਾਰੀ ਸੰਗਤ ਜੀ, ਮੈਨੂੰ ਵੀ ਪਰਚਾ ਨਾ ਪਵੇ, ਹੈ ਸੱਚਾਈਆਂ ਨੇ, ਮਾਂ ਬਾਪ ਦਾ ਫਰਜ ਹੈ। ਮੈਂ ਨਿੱਗੀ ਜੀ ਗੱਲ ਬੋਲਣ ਲੱਗਾ, ਸਾਰਿਆਂ ਦੇ ਬੱਚੇ ਦੇ ਰੋਗ ਤਾਂ ਰਹਿਣ, ਸਾਡੇ ਵੀ ਤੁਹਾਡੇ ਵੀ। ਤਿੰਨ ਦਿਨ ਬੁਖਾਰ ਨਾ ਜਾਏ, ਤੁਸੀਂ ਨੋਟ ਕਰਿਓ, ਆਪਾਂ ਕੀ ਕਰਦੇ ਹਾਂ, ਡਾਕਟਰ ਚੇਂਜ ਕਰਦੇ ਹਾਂ। ਆਖੋ ਸਾਥ, ਡਾਕਟਰ ਬਦਲਾਓ ਭਾਈ, ਡਾਕਟਰ ਚੇਂਜ ਤੋਂ ਬਾਅਦ ਵੀ ਦੋ ਤਿੰਨ ਦਿਨ ਫੇਰ ਨਾ ਬੁਖਾਰ ਜਾਏ ਤੇ ਕੀ ਕਰਦੇ ਹਾਂ, ਫਿਰ ਡਾਕਟਰ ਚੇਂਜ ਕਰਦੇ। ਛੇ ਦਿਨ ਹੋ ਗਏ, ਫਿਰ ਦੋ ਤਿੰਨ ਦਿਨ ਉਹ ਚੀਜ਼ ਨਾ ਜਾਏ ਤੇ ਫਿਰ ਡਾਕਟਰ ਚੇਂਜ ਘੱਟ ਕਰਦੇ ਐ। ਉਹਨਾਂ ਦੀ ਭੀੜ ਲੱਗ ਜਾਂਦੀ ਰਾਏ ਦੇਣ ਵਾਲਿਆਂ ਦੀ, ਭੈਣੇ ਤੇਰੇ ਬੱਚੇ ਨੂੰ ਹੋਇਆ ਕੁਝ ਨਹੀਂ, ਕਿਸੇ ਨੇ ਕੋਈ ਵਾਰ ਕੀਤਾ। ਇਹ ਨੋਟ ਕਰਿਓ ਗੱਲਾਂ ਨੂੰ, ਹਿਰਦੇ ਪਤਾ ਨਹੀਂ ਕਿਹੜਾ ਵੇਲਾ ਕਿਹੜੀ ਘੜੀ ਸੀ, ਮਾਂ ਦੇ ਫਰਜ਼ ਇਹ ਪ੍ਰਕਰਨ ਚੱਲ ਪਿਆ। ਬੱਚੇ ਨੂੰ ਬਾਈ ਚਾਂਸ ਬਿਮਾਰੀ ਵੀ ਆ ਗਈ, ਉਹ ਵੀ ਗੁਰਮਤ ਅਨੁਸਾਰ ਸੱਤ ਅੱਠ ਦਿਨ ਨਾ ਜਾਵੇ ਫਿਰ ਉਹਨਾਂ ਦੀ ਭੀੜ ਸ਼ੁਰੂ ਹੋ ਜਾਂਦੀ। ਇਹ ਕਿਸੇ ਕੁਝ ਕੀਤਾ, ਕਿਸੇ ਕੁਝ ਬੰਨਿਆ, ਕਿਸੇ ਵਾਰ ਕੀਤਾ, ਫਿਰ ਉਸ ਮੋਹ ਸਾਰਿਆਂ ਨੂੰ, ਉਸ ਮੋਹ ਚ ਫਿਰ ਕਦਮ ਇਹੋ ਜਿਹੇ ਬੰਨੇ ਚਲੇ ਜਾਂਦੇ ਆ ਜਿੱਥੇ ਸੁਖਮਨੀ ਸਾਹਿਬ ਨਹੀਂ ਹੈ, ਜਿੱਥੇ ਜਪਜੀ ਸਾਹਿਬ ਨਹੀਂ ਹੈ, ਜਿੱਥੇ ਸਹਿਜ ਪਾਠ ਨਹੀਂ ਹੈ, ਚੁਪਈ ਸਾਹਿਬ ਨਹੀਂ ਹੈ, ਜਿੱਥੇ ਕੀ ਹੈ ਮਨ ਮੱਤ। ਆਖੋ ਸਤਿਨਾਮ, ਉਹਨਾਂ ਲੋਕਾਂ ਦੇ ਬੂਹੇ ਨੇ ਜਿਹੜੇ ਸਭ ਤੋਂ ਪਹਿਲੇ ਸਾਡੇ ਘਰ ਚ ਲੜਾਈਆਂ ਪਵਾਉਂਦੇ ਐ, ਤੁਹਾਡੇ ਘਰ ਚੋਂ ਹੀ ਕਿਸੇ ਕੁਝ ਕੀਤਾ। ਆਖੋ ਸਾਹਿਬ, ਨਨਾਣ ਨੇ ਕੀਤਾ, ਦਰਾੜੀ ਨੇ, ਬਸ ਵੱਖਰੀਆਂ ਤਰੇੜਾਂ ਸ਼ੁਰੂ ਹੋ ਗਈਆਂ। ਕਿਸੇ ਘਰ ਇਹ ਚੀਜ਼ ਆਵੇ ਹੀ ਨਾ, ਜੇ ਕਿਤੇ ਆ ਗਈ ਇੰਨਾ ਪਿਆਰ ਕਰੋ ਬਾਜਾ ਵਾਲਿਆਂ ਨੂੰ, ਪੰਜ ਪਾੜ ਸੁਖਮਨੀ ਸਾਹਿਬ ਦੀਆਂ ਸਾਡੇ ਘਰ ਚ ਸੈਂਚੀਆਂ ਲੱਗ ਜਾਣ, ਜਲ ਕੋਲ ਰੱਖ ਦਿਓ ਕਲਗੀਆਂ ਲਿਆ, ਮੈਨੂੰ ਪਰਾਇਆ ਬੂਆ ਨਾ ਵਿਖਾਈ, ਇਹ ਸੁਖਮਨੀ ਸਾਹਿਬ ਦਾ ਸਦਕਾ ਹੀ ਮੇਰੇ ਬੱਚੇ ਦੇ ਕਰਮ ਬਦਲਾ ਚੇਂਜ ਕਰ ਲਈ। ਆਖੋ ਸਤਿਨਾਮ, ਇੱਧਰ ਨੂੰ ਕਦਮ ਜਾਣ, ਨਹੀਂ ਕੋਈ ਵੇਲਾ ਹੋ। ਵੇਖੋ ਮਹਾਰਾਜ ਨੇ ਸ਼ਬਦ ਉਚਾਰ ਤੇ ਨੇਤਰ ਪ੍ਰਗਾਸ ਕੀਆ ਗੁਰਦੇਵ, ਛੇਵੇਂ ਪਾਤਸ਼ਾਹ ਜੀ ਨੂੰ ਸੀਤਲਾ ਨਿਕਲੀ, ਨੇਤਰ ਤੱਕ ਬੰਦ ਹੋ ਗਏ, ਖੁੱਲਣ ਨਾ ਬਾਲਕ ਰੂਪ ਸੀ। ਫਿਰ ਜਦੋਂ ਆਖਿਆ ਬਈ ਗੁਰੂ ਰਾਮਦਾਸ ਦੇ ਦਰ ਤੇ ਸੰਗਤਾਂ ਝਾੜੂ ਦੇ, ਗੁਰੂ ਰਾਮਦਾਸ ਦੇ ਦਰ ਤੇ ਬਾਣੀ ਪੜਨ ਤੇ ਗੁਰੂ ਰਾਮਦਾਸ ਦੇ ਦਰ ਤੇ ਦੇਗ ਲੈ ਕੇ ਅਰਦਾਸ ਕਰਨ, ਇੱਧਰ ਅਰਦਾਸ ਹੋਈ ਉੱਧਰ ਨੇਤਰ ਖੁੱਲਣੇ ਸ਼ੁਰੂ ਹੋ ਗਏ, ਉੱਧਰ ਗੁਰੂ ਅਰਜਨ ਦੇਵ ਨੇ ਸ਼ਬਦ ਉਚਾਰਿਆ ਨੇਤਰ ਪ੍ਰਗਾਸ ਕੀਆ ਗੁਰਦੇਵ, ਵੀ ਘਰ ਵਿੱਚ ਜਨਮ ਦਿਨ ਕਿਵੇਂ ਮਨਾਉਣਾ। ਗੁਰਮਤ ਅਨੁਸਾਰ ਬੱਚੇ ਨੂੰ ਸਰੀਰਕ ਪ੍ਰੋਬਲਮ ਆ ਗਈ ਹੈ, ਪੂਰੇ ਯਤਨ ਉਸ ਵੇਲੇ ਕੋਈ ਗਲਤ ਬੂਆ ਖੜਕ ਨਾ ਜਾਏ, ਆ ਪ੍ਰਮਾਣ ਦੇਣਾ ਜੀ ਬਾਣੀ ਫਰੀਦਾ ਬਾਹਰ ਪਰਾਈਏ ਬੈਸਣ
ਫਰੀਦਾ ਗੁਰਬਾਣੀ ਜੋ ਗੱਲ ਕਰੀ ਬਾਰ ਪਰਾਈਏ ਬੈਸਣਾ ਜੇ ਤੂੰ ਐਵੇਂ ਰੱਖਸੀ ਕਈ ਵਾਰੀ ਕਰਮ ਚ ਲਿਖਿਆ ਬੂਆ ਗੱਲ ਖੜਕਣਾ ਕਿੱਡਾ ਪਿਆਰ ਫਰੀਦ ਜੀ ਦਾ ਕਹਿੰਦੇ ਜੇ ਤੂੰ ਐਵੇਂ ਰੱਖਸੀ ਹਾਂਜੀ ਅੱਗੋਂ ਜੀ ਜੇ ਤੂੰ ਐਵੇਂ ਰੱਖਸੀ ਸਰੀਰ ਵਿੱਚੋਂ ਜਿੰਦ ਕੱਢ ਲਈ ਪਰ ਬੂਆ ਇੱਕੋ ਹੀ ਵਸਾਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਬੂਏ ਦੇ ਨਾਂ ਸੁਣ ਲੋ ਧੰਨ ਧੰਨ ਗੁਰੂ ਦੇ ਪੰਜ ਪਿਆਰੇ ਧੰਨ ਧੰਨ ਗੁਰੂ ਦੇ ਪੰਜ ਪਿਆਰੇ ਪੰਜ ਪਿਆਰੇ